ਉਹ ਕੁਛ ਨਹੀਂ ਕਹਿ ਰਹੇ। ਜਿਸ ਵੇਲੇ ਕਾਂਗਰਸ ਦੀ ਗੌਰਮੈਂਟ ਹੁੰਦੀ ਹੈ, ਬਾਦਲ ਸਾਹਿਬ ਕਹਿੰਦੇ ਦੇਖੋ ਜੀ ਕਾਂਗਰਸ ਨੇ ਸਾਡੇ ਨਾਲ ਬੇਇਨਸਾਫੀ ਕੀਤੀ ਹੈ, ਧੱਕਾ ਕੀਤਾ। ਹੁਣ ਤਾਂ ਉਹਨਾਂ ਦੀ ਆਪਣੀ ਗੌਰਮੈਂਟ ਆ, ਉਹਦੇ 'ਚ ਹਿੱਸੇਦਾਰ ਨੇ, ਉਹਨਾਂ ਦੀ ਜਿਹੜੀ ਨੂੰਹ ਹੈ ਉੱਥੇ ਮਿਨਿਸਟਰ ਹੈ, ਇੱਥੇ ਵੀ ਹਿੱਸੇਦਾਰ ਨੇ, ਅਤੇ ਹੁਣ ਕੀ ਪ੍ਰੋਬਲਮ ਹੈ ਜਾਂਚ ਕਰਾਉਣ 'ਚ? ਆਮ ਆਦਮੀ ਪਾਰਟੀ ਦੀ ਸਰਕਾਰ ਨੇ 49 ਦਿਨਾਂ ਦੇ ਵਿੱਚ SIT ਬਣਾਈ ਸੀ ਜਾਂਚ ਵਾਸਤੇ, 49 ਦਿਨਾਂ ਬਾਅਦ ਸਰਕਾਰ ਚਲੀ ਗਈ। 14 ਫਰਵਰੀ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਸਹੁੰ ਚੁੱਕਣੀ ਸੀ, 12 ਫਰਵਰੀ ਨੂੰ ਮੋਦੀ ਸਰਕਾਰ ਨੇ SIT ਬਣਾ ਦਿੱਤੀ ਤਾਂ ਕਿ ਦਿੱਲੀ ਸਰਕਾਰ ਇਸ ਮਾਮਲੇ 'ਤੇ SIT ਨਾ ਬਣਾ ਸਕੇ, ਕਿਉਂਕਿ ਇੱਕੋ ਮੁੱਦੇ 'ਤੇ ਦੋ SITs ਨਹੀਂ ਬਣ ਸਕਦੀਆਂ। ਉਹ SIT ਠੰਡੇ ਬਸਤੇ 'ਚ ਪਾਈ ਬੈਠੀ ਹੈ ਸਾਰੀਆਂ ਫਾਈਲਾਂ। ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਅੰਮ੍ਰਿਤਸਰ 'ਚ ਕਿ ਜਾਂ ਤਾਂ ਸਾਨੂੰ ਕਰ ਲੈਣ ਦਿਓ ਜਾਂ ਜਾਂ ਤੁਸੀਂ ਕਰੋ। 5-5 ਲੱਖ ਰੁਪਈਆ ਦੰਗਾ ਪੀੜਤਾਂ ਨੂੰ ਉੱਥੇ ਦਿੱਤਾ, ਨਸਲਕੁਸ਼ੀ ਦੇ ਪੀੜਤਾਂ ਨੂੰ ਦਿੱਤਾ, ਹੁਣ ਉਹਨਾਂ ਦੇ ਘਰ ਬਣਾ ਰਹੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਹਮਦਰਦੀ ਰੱਖਦੀ ਹੈ, ਇਹ 'ਚ ਕੋਈ ਰਾਜਨੀਤੀ ਨਹੀਂ। ਸਵੱਚ ਭੁੱਖ ਹੜਤਾਲ 'ਤੇ ਸਾਡੀ ਸਾਰੀ ਲੀਡਰਸ਼ਿਪ ਆਈ ਹੈ, ਅਸੀਂ ਬੈਠਾਂਗੇ ਅਤੇ ਇਹਨਾਂ ਦੀਆਂ ਤਾਨਾਸ਼ਾਹੀ ਮੰਤਰੀ ਕਿਸੇ ਦੇ ਘਰੇ ਅਫਸੋਸ ਕਰਨ ਜਾਂ ਹਮਦਰਦੀ ਕਰਨ ਵੀ ਨਹੀਂ ਜਾ ਸਕਦੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਸੋ ਇੱਥੋਂ ਪਤਾ ਲੱਗਦਾ ਕਿ ਫੈਡਰਲ ਸਟਰਕਚਰ ਕਿੰਨਾ ਖਤਰੇ 'ਚ ਹੈ, ਇੱਥੋਂ ਪਤਾ ਲੱਗਦਾ। ਸੋ ਤਾਨਾਸ਼ਾਹੀ ਅਤੇ ਨਫ਼ਰਤ ਦੀ ਰਾਜਨੀਤੀ ਜਿਹੜੀ ਹੈ ਪੂਰੇ ਮੁਲਕ 'ਚ ਚੱਲ ਰਹੀ ਹੈ, ਹਰ ਰੋਜ਼ ਕਿਤੇ ਨਾ ਕਿਤੇ ਘਟਨਾ ਹੁੰਦੀ ਹੈ, ਅਤੇ ਜਿਹੜਾ ਮੁਲਕ ਨੂੰ, ਮੁਲਕ ਦੇ ਫੈਡਰਲ ਸਟਰਕਚਰ ਨੂੰ ਜਿਹੜਾ ਖਤਰਾ ਪੈਦਾ ਹੋਇਆ ਹੋਇਆ, ਜਿਹੜੇ ਅਲਪਸੰਖਿਅਕ ਨੇ, ਘੱਟ ਗਿਣਤੀਆਂ ਨੇ, ਬਹੁਤ ਡਰ ਦੇ ਮਾਹੌਲ 'ਚ ਰਹਿ ਰਹੀਆਂ ਨੇ, ਸੋ ਇਹਦੇ ਵਿਰੁੱਧ ਅਸੀਂ ਆਵਾਜ਼ ਚੁੱਕ ਥਾਂ ਥਾਂ ਚੁੱਕਦੇ ਰਹਿੰਦੇ ਹਾਂ, ਅੱਜ ਇੱਥੇ ਸਿੰਬੋਲਿਕ ਭੁੱਖ ਹੜਤਾਲ 'ਤੇ ਬੈਠੇ ਹਾਂ, ਕਿਉਂਕਿ ਇਹਨਾਂ ਨੇ ਫੂਲਕਾ ਸਾਹਿਬ ਨੇ ਕੇਸ ਲੜਿਆ, ਡਿਟੇਲ ਦੇ ਵਿੱਚ ਲੜਿਆ, ਇਹਨਾਂ ਕੋਲ ਕਾਗਜ਼ਾਂ ਦੇ ਢੇਰ ਲੱਗੇ ਪਏ ਨੇ, ਇਹਨਾਂ ਕੋਲ ਫੈਸਲਿਆਂ ਦੇ ਜਾਂ ਫੈਸਲੇ ਨੂੰ ਉਡੀਕਦਿਆਂ ਦੇ, ਇਹਨਾਂ ਨੇ ਆਪਣੀਆਂ ਪਟੀਸ਼ਨਾਂ ਦੇ ਢੇਰ ਲੱਗੇ ਪਏ ਨੇ। ਸੋ ਉਹਦੀ ਡਿਟੇਲ ਜਿਹੜੀ ਹੈ ਸਾਰੀ ਉਹ HS ਫੂਲਕਾ ਜੀ, ਜਿਹੜੇ ਸਾਡੇ ਸੀਨੀਅਰ ਲੀਡਰ ਨੇ ਪਾਰਟੀ ਦੇ, ਅਤੇ ਉਹ ਇਸ ਮਾਮਲੇ 'ਚ ਤੁਹਾਨੂੰ ਸਾਰੀ ਡਿਟੇਲ ਦੇਣਗੇ। HS ਫੂਲਕਾ ਸਾਹਿਬ 1984 ਦੀ ਲੜਾਈ ਜਿਹੜੀ ਧੜਕ ਤਰੀਕੇ ਨਾਲ ਲੜ ਰਹੇ ਨੇ, ਉਹ ਤੁਹਾਨੂੰ ਸਾਰੀ ਡਿਟੇਲ ਦੇਣਗੇ। ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਅਤੇ ਵੜੈ ਸਾਹਿਬ। ਪਹਿਲਾਂ ਹੁਣ ਥੋੜ੍ਹੀ ਜਿਹੀ ਡਿਟੇਲ ਮੀਡੀਆ ਵਾਸਤੇ, ਉਸ ਤੋਂ ਬਾਅਦ ਆਪਾਂ ਸਾਰਾ ਦਿਨ ਹੀ ਇਹਦੇ ਬਾਰੇ ਗੱਲਾਂ ਕਰਨੀਆਂ। ਅੱਜ ਜਿਹੜਾ ਅਸੀਂ ਅੱਜ ਇੱਥੇ ਲੀਡਰਸ਼ਿਪ ਭੁੱਖ ਹੜਤਾਲ 'ਤੇ ਬੈਠੀ ਆ, ਇਹ ਮੁੱਦਾ ਜੋ ਮਾਨ ਸਾਹਿਬ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਆ, ਉਹਨਾਂ ਦਾ ਆਪਣੇ ਪਰਸਨਲ ਮਕਸਦ ਦੇ ਵਾਸਤੇ, ਆਪਣੇ ਸਵਾਰਥ ਲਈ ਐਸੇ ਦਰਿੰਦਿਆਂ ਨੂੰ ਬੇਕਸੂਰ ਕਰਾਰ ਦੇਣਾ, ਉਹ ਵੀ ਉਸ ਵੇਲੇ ਜਦੋਂ ਉਹਨਾਂ ਦੇ ਖਿਲਾਫ ਕੇਸ ਚੱਲ ਰਹੇ ਆ, ਉਸ ਵੇਲੇ ਜਦੋਂ ਕਿ ਵਿਚਾਰੀਆਂ ਉਹ ਵਿਧਵਾ ਉਹ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਕੇਸਾਂ ਨੂੰ ਪਰਸਿਊ ਕਰ ਰਹੀਆਂ, ਉਸ ਵੇਲੇ ਕੋਈ ਵੱਡਾ ਆਪਣੇ ਆਪ ਨੂੰ ਲੀਡਰ ਕਹਾਉਣ ਵਾਲਾ ਉੱਠ ਕੇ ਉਹ ਬੇਕਸੂਰ ਕਰਾਰ ਦੇਵੇ, ਤਾਂ ਇਹਦਾ ਮਤਲਬ ਉਹ ਵਿਡੋ ਸੀ, ਉਹਨਾਂ ਦੀ ਵਿਚਾਰਿਆਂ ਦੀ ਪੀੜਤਾਂ ਦੀ ਇਹ ਤੋਂ ਵੱਡੀ ਤੁਹੀਨ ਨਹੀਂ ਹੋ ਸਕਦੀ। ਇਹ ਜੋ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਆਪਣੀ ਪ੍ਰਧਾਨਗੀ ਲੈਣ ਵਾਸਤੇ ਕਮਲਨਾਥ ਨੂੰ ਤੇ ਜਗਦੀਸ਼ ਟਾਈਟਲ ਨੂੰ ਕਿਹਾ ਕਿ ਇਹ ਬੇਕਸੂਰ ਆ, ਹੁਣ ਆਪਣੇ ਆਪ ਨੂੰ CM ਕੈਂਡੀਡੇਟ ਡਿਕਲੇਅਰ ਕਰਾਉਣ ਦੇ ਵਾਸਤੇ ਫੇਰ ਹੁਣ ਜਿਹੜੀ ਕਿ ਉਦੋਂ 19 ਸਾਲ ਦੀ ਸੀ ਜਦੋਂ ਉਹਦਾ ਘਰ ਵਾਲਾ ਬਾਦਲ ਸਿੰਘ ਮਾਰਿਆ ਗਿਆ, ਉਹ ਪਰਸਿਊ ਕਰ ਰਹੀ ਹੈ ਟਾਈਟਲ ਦਾ ਕੇਸ, ਟਾਈਟਲ ਦੇ ਅਗੇਂਸਟ ਹੁਣ ਉਹ ਜਦੋਂ ਸਿਕੰਜਾ ਕੱਸਿਆ ਜਾ ਰਿਹਾ, ਇੰਨੇ ਪੁਖਤੇ ਸਬੂਤ ਉਹਦੇ ਖਿਲਾਫ ਆ ਗਏ ਨੇ, ਉਸ ਵੇਲੇ ਇਹ ਅਮਰਿੰਦਰ ਸਿੰਘ ਇਹ ਬਿਆਨ ਦੇ ਰਹੇ ਆ ਕਿ ਟਾਈਟਲ ਦਾ ਬੇਕਸੂਰ ਆ, ਇਹਨਾਂ ਸਿਆਸੀ ਕਾਰਨਾਂ ਦੇ ਕਰਕੇ ਇਹ ਟਾਈਟਲ ਨੂੰ ਫਸਾਇਆ ਜਾ ਰਿਹਾ। ਮਤਲਬ ਕਿ ਇਹਨਾਂ ਦਾ ਮਤਲਬ ਕੀ ਹੋਇਆ, ਸਿਆਸੀ ਕਾਰਨਾਂ ਕਰਕੇ ਕਿ ਉਹ ਬਿੱਟੋ ਲਖਵਿੰਦਰ ਕੌਰ ਪਤਾ ਨਹੀਂ ਉਹਨੇ ਕਿੰਨਾ ਕਿਸੇ ਕੋਲੋਂ ਸਿਆਸੀਆਂ ਤੋਂ ਪੈਸਾ ਲੈ ਲਿਆ। ਉਹ ਮੈਂ ਪਹਿਲਾਂ ਵੀ ਕਿਹਾ ਕੈਪਟਨ ਸਾਹਿਬ, ਜੇ ਤੁਸੀਂ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਸਮਝਦੇ ਆ, ਇੱਕ ਵਾਰੀ ਜਾ ਕੇ ਉਹ ਬਿੱਟੋ ਦਾ ਹਾਲ ਦੇਖੋ, ਇੱਕ ਵਾਰੀ ਜਾ ਕੇ ਹਾਲ ਦੇਖੋ, ਉਹ ਵਿਚਾਰੀ ਸਕੂਲ ਦੇ ਵਿੱਚ ਚਪੜਾਸੀ ਦੀ PM ਦੀ ਨੌਕਰੀ ਕਰਦੀ ਆ, ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਆ, ਬੱਸਾਂ ਵਿੱਚ ਜਾਂਦੀ ਆ, ਉਹ ਇਹਨਾਂ ਹਾਲਤਾਂ 'ਚ ਰਹਿ ਕੇ ਉਹ ਇਹਨਾਂ ਦਰਿੰਦਿਆਂ ਦਾ ਮੁਕਾਬਲਾ ਕਰ ਰਹੀ ਆ, ਤੁਸੀਂ ਮਹਿਲਾਂ 'ਚ ਰਹਿ ਕੇ ਆਸੇ ਪਾਸੇ ਪੁਲਿਸ ਦੀ ਪੂਰੀ ਕੋਟਨ ਲੈ ਕੇ ਵੀ ਤੁਹਾਡੇ 'ਚ ਹਿੰਮਤ ਨਹੀਂ ਆ ਕਿ ਤੁਸੀਂ ਇਹਨਾਂ ਦਰਿੰਦਿਆਂ ਨੂੰ ਦਰਿੰਦੇ ਕਹਿ ਸਕੋ। ਇਹ ਬੜੀ ਸ਼ਰਮ ਦੀ ਗੱਲ ਆ। ਜੇ ਇੱਕ ਮੈਂ ਇੱਕ ਵਾਰੀ ਕੈਪਟਨ ਸਾਹਿਬ ਨੂੰ ਇਹ ਯਾਦ ਕਰਾ ਦਿਆਂ, ਜਗਦੀਸ਼ ਟਾਈਟਲ ਦਾ ਨਾਮ 5 ਨਵੰਬਰ 1984 ਨੂੰ ਅਖਬਾਰਾਂ ਵਿੱਚ ਆਇਆ,
5 नवंबर 1984 ਨੂੰ ਅਖਬਾਰਾਂ ਵਿੱਚ ਆਇਆ ਸੀ। ਜਗਦੀਸ਼ ਟਾਈਟਰ ਦਾ ਨਾਮ ਹੂਆਰ ਦਾ ਗਿਣਤੀ ਰਿਪੋਰਟ ਜੋ ਨਵੰਬਰ 1984 ਦੇ ਅਖੀਰਲੇ ਹਫਤੇ ਵਿੱਚ ਹੀ ਆ ਗਈ ਸੀ, ਉਹਦੇ ਵਿੱਚ ਵੀ ਜਗਦੀਸ਼ ਟਾਈਟਰ ਦਾ ਨਾਮ ਆਇਆ ਸੀ। ਅਮਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਮੈਂ ਉੱਥੇ ਰਿਲੀਫ ਕੈਂਪਾਂ 'ਚ ਗਿਆ, ਸਭ ਤੋਂ ਪਹਿਲਾਂ ਇਹਨਾਂ ਦਾ ਬਿਆਨ ਆਇਆ 2 ਨਵੰਬਰ ਨੂੰ ਮੈਂ ਉੱਥੇ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਗਿਆ ਤੇ ਮੈਨੂੰ ਕਿਸੇ ਪੀੜਤ ਨੇ ਟਾਈਟਰ ਦਾ ਨਾਮ ਨਹੀਂ ਲਿਆ। ਤੇ ਮੈਂ ਇਹਨਾਂ ਨੂੰ ਚਿੱਠੀ ਲਿਖੀ, ਮੈਂ ਕਿਹਾ ਜੇ ਤੁਸੀਂ 2 ਨਵੰਬਰ ਨੂੰ ਸ਼ੀਸ਼ਗੰਜ ਸਾਹਿਬ ਗੁਰਦੁਆਰੇ ਗਏ ਹੁੰਦੇ ਨਾ ਤਾਂ ਅੱਜ ਇਹ ਕਹਿਣ ਲਈ ਇੱਥੇ ਨਹੀਂ ਬੈਠੇ ਹੁੰਦੇ, ਤੁਹਾਡਾ ਨਾਮ ਵੀ ਉਹ ਲਿਸਟ ਵਿੱਚ ਐਡ ਹੁੰਦਾ। ਕਿਉਂਕਿ 2 ਨਵੰਬਰ ਨੂੰ ਸ਼ੀਸ਼ਗੰਜ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਸਾਰੇ ਅੱਗਾਂ ਲੱਗੀਆਂ ਹੋਈਆਂ ਸੀ। ਫਟਾਫਟ ਇਹਨਾਂ ਨੇ ਆਪਣਾ ਬਿਆਨ ਬਦਲ ਲਿਆ। ਅਗਲਾ ਬਿਆਨ ਆਇਆ, ਨਹੀਂ ਮੈਂ ਤਾਂ 3 ਨਵੰਬਰ ਨੂੰ ਰਖਾਬਗੰਜ ਸਾਹਿਬ ਗਿਆ ਸੀ। ਮਜ਼ਾਕ ਬਣਾਇਆ, ਐਡਾ ਵੱਡਾ ਨਰਸਿੰਗਾਰ। ਨਾਲੇ ਅਗਲੀ ਗੱਲ, ਜੇਕਰ 3 ਨਵੰਬਰ ਨੂੰ ਰਕਾਬਗੰਜ ਚਲੇ ਵੀ ਗਏ, ਉੱਥੇ ਇਹਨਾਂ ਨੂੰ ਕਿਸੇ ਨੇ ਟਾਈਟਲ ਦਾ ਨਾਮ ਨਹੀਂ ਲਿਆ। ਉਹ ਐਡੀ ਵੱਡੀ ਦਿੱਲੀ ਆ, ਇਹਨਾਂ ਨੇ ਇਲਾਕੇ ਵੰਡੇ ਹੋਏ ਸੀ। ਉਹ ਜਨਾਬ ਤੁਸੀਂ ਇਹ ਤਾਂ ਦੇਖਣਾ ਸੀ ਨਾ ਉੱਥੇ ਕਿੱਥੋਂ ਦੇ ਬੈਠੇ ਆ। ਹਰ ਇੱਕ ਨੇ ਤਾਂ ਸਾਰੇ ਲੀਡਰ ਨੇ ਦੇਖੇ, ਉਹ ਪੀੜਤ ਜਿਹੜੇ ਸੀਗੇ ਜਿਹੜੇ ਉੱਥੇ ਬਚੇ ਅੱਜ ਉਹ ਤਾਂ ਲੁਕੇ ਹੋਏ ਸੀ, ਉਹਦਾ ਬਚਾਏ ਉਹਦਾ ਕਿਦਾਂ ਕਿਤੇ ਲੁਕੇ ਹੋਏ ਸੀ। ਹਰ ਇੱਕ ਨੇ ਤਾਂ ਨਹੀਂ ਦੇਖਿਆ ਕਿ ਉਹ ਲਖਵਿੰਦਰ ਕੌਰ ਨੂੰ ਮਿਲੇ, ਕਿ ਉਹ ਗਿਆਨੀ ਸੁਰਿੰਦਰ ਸਿੰਘ ਨੂੰ ਮਿਲੇ, ਕਿ ਉਹ ਜਸਵੀਰ ਸਿੰਘ ਨੂੰ ਮਿਲੇ। ਅੱਜ ਕਹਿਣਾ ਕਿ ਮੇਰੇ ਕੋਲ ਨਾਮ ਨਹੀਂ ਲਿਆ, ਤੇ ਇਹ ਐਡੂ ਐਡੂ ਵੱਡੀ ਸ਼ਰਮ ਦੀ ਕੋਈ ਗੱਲ ਨਹੀਂ ਹੋ ਸਕਦੀ। ਇਹਨਾਂ ਪੀੜਤਾਂ ਦੇ ਨਾਲ ਖੜਨ ਦੀ ਬਜਾਏ, ਦੇਸ਼ ਦੇ ਕਾਨੂੰਨ ਦੇ ਨਾਲ ਖੜਨ ਦੀ ਬਜਾਏ, ਇਹ ਮੰਗ ਕਰਨ ਦੀ ਬਜਾਏ ਕਿ ਦੇਸ਼ ਵਿੱਚ ਕਾਨੂੰਨ ਸਭ ਤੋਂ ਉੱਪਰ ਹੋਣਾ ਚਾਹੀਦਾ, ਇਹ ਇਹਨਾਂ ਨੂੰ ਦਰਿੰਦਿਆਂ ਨੂੰ ਕਲੀਨ ਚਿੱਟ ਦੇ ਰਹੇ। ਅੱਜ ਇਸ ਮੰਚ ਤੋਂ ਅਸੀਂ ਇਹ ਡਿਮਾਂਡ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਇਸ ਗੱਲ ਦੀ ਮਾਫੀ ਮੰਗੇ, ਪੰਜਾਬ ਤੋਂ ਪੀੜਤਾਂ ਤੋਂ ਇਸ ਗੱਲ ਦੀ ਮਾਫੀ ਮੰਗੇ। ਤੇ ਜੇ ਉਹ ਮਾਫੀ ਨਹੀਂ ਮੰਗਦੇ, ਅਸੀਂ 15 ਦਿਨਾਂ ਦਾ ਟਾਈਮ ਦਿੰਦੇ ਹਾਂ, ਜੇ ਉਹ 15 ਦਿਨਾਂ ਦੇ ਵਿੱਚ ਮਾਫੀ ਨਹੀਂ ਮੰਗਦੇ ਤਾਂ ਅਸੀਂ ਉਦੋਂ ਬਾਅਦ ਅਗਲਾ ਪ੍ਰਮੁੱਖ ਕੈਟਾਗੋਰੀ ਚ ਦੇਵਾਂਗੇ। 15 ਦਿਨ ਦਾ ਟਾਈਮ ਦਿੰਦੇ ਹਾਂ ਕਿ ਉਹ ਪੰਜਾਬ ਤੋਂ ਦੇ ਪੀੜਤਾਂ ਤੋਂ ਮਾਫੀ ਮੰਗਣ, ਇਹਨਾਂ ਦਰਿੰਦਿਆਂ ਨੂੰ ਬਚਾਉਣ ਵਾਸਤੇ। ਨਹੀਂ, ਇੱਥੇ ਪੰਜਾਬ ਤੋਂ ਮੰਗਣ, ਪਾਰਲੀਮੈਂਟ ਤਾਂ ਜਾਂਦੇ ਨਹੀਂ ਉਹ। ਕਮਲਨਾਥ ਨੂੰ ਜਿਹਨਾਂ ਨੂੰ ਉਹਨਾਂ ਨੇ ਕਲੀਨ ਚਿੱਟ ਦਿੱਤੀ ਆ, ਕਮਲਨਾਥ ਨੂੰ ਜਿਸ ਨੂੰ ਉਹਨਾਂ ਨੇ ਪੰਜਾਬ ਦਾ ਪ੍ਰਭਾਰੀ ਬਣਾਇਆ ਕਿਉਂਕਿ ਉਹਨਾਂ ਦਾ ਦੋਸਤ ਆ, ਕਮਲਨਾਥ ਜੋ ਉਹਨਾਂ ਦਾ ਮੈਂਟਰ ਆ, ਉਹਨਾਂ ਦਾ ਕਰਤਾ ਕਰਤਾ, ਕਮਲਨਾਥ ਦੀ ਕਰਤੂਤ ਸੁਣ ਲਓ। ਗੁਰਦੁਆਰਾ ਰਕਾਬਗੰਜ ਸਾਹਿਬ ਪਾਰਲੀਮੈਂਟ ਹਾਊਸ ਦੇ ਬਿਲਕੁਲ ਨਾਲ ਆ। ਇਹ ਕਮਲਨਾਥ ਉਹ ਲੀਡਰ ਆ ਜਿਸ ਦਾ ਨਾਮ ਅਖਬਾਰਾਂ 'ਚ ਸਭ ਤੋਂ ਪਹਿਲਾਂ ਆਇਆ। 2 ਨਵੰਬਰ 1984 ਦੇ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਕਮਲਨਾਥ ਦਾ ਨਾਮ ਆਇਆ ਤੇ ਕਮਲਨਾਥ ਗੁਰਦੁਆਰਾ ਰਕਾਬਗੰਜ ਸਾਹਿਬ ਮਾਊਂਟ ਰੂਟੀਨ ਕਰ ਰਿਹਾ ਸੀ। 3 ਨਵੰਬਰ ਨੂੰ ਸਟੇਟ ਫਰੰਟ ਦੇ ਉੱਤੇ ਨਾਮ ਆਇਆ ਕਿ ਕਮਲਨਾਥ ਗੁਰਦੁਆਰਾ ਰਕਾਬਗੰਜ ਦੇ ਵਿੱਚ ਮੌਕੇ ਦੇ ਵਿੱਚ ਕੀ ਕਰ ਰਿਹਾ ਸੀ। ਗੁਰਦੁਆਰਾ ਰਕਾਬਗੰਜ ਸਾਹਿਬ ਪਾਰਲੀਮੈਂਟ ਹਾਊਸ ਦੀ ਕੰਧ ਦੇ ਨਾਲ ਕੰਧਾ, ਔਰ ਉੱਥੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ, ਨਾਲੇ ਦੋ ਸਿੱਖਾਂ ਨੂੰ ਉੱਥੇ ਜਿਉਂਦਾ ਜਲਾਇਆ ਗਿਆ ਤੇ ਉੱਥੇ ਕਮਲਨਾਥ ਉੱਥੇ ਮੌਜੂਦ ਸੀ। ਔਰ ਉਸ ਦੇ ਬਾਵਜੂਦ ਵੀ ਇਹ ਕਿਉਂਕਿ ਇਹੋ ਜਿਹੇ ਕੈਪਟਨ ਅਮਰਿੰਦਰ ਸਿੰਘ ਕਰਕੇ ਉਹਨਾਂ ਦੇ ਦੋਸਤ ਬੈਠੇ ਆ, ਇਹੋ ਜਿਹੇ ਉਹਨਾਂ ਨੂੰ ਬਚਾਉਣ ਵਾਲੇ ਬੈਠੇ ਆ, ਕਮਲਨਾਥ ਦੇ ਗੈਸਟ ਹਜੇ ਤੱਕ ਵੀ ਕੇਸ ਰਜਿਸਟਰ ਨਹੀਂ ਹੋਏ। ਇਹ ਜੋ ਅੱਜ ਅਸੀਂ ਇੱਥੇ ਸਿੰਬੋਲਿਕ ਭੁੱਖ ਹੜਤਾਲ ਜਿਵੇਂ ਇਹਨਾਂ ਨੇ ਕਿਹਾ, ਕਿਉਂਕਿ ਇੱਕ ਦਿਨ ਦੀ ਕੋਈ ਵੱਡੀ ਭੁੱਖ ਹੜਤਾਲ ਨਹੀਂ, ਇੱਕ ਸਿੰਬੋਲਿਕ ਭੁੱਖ ਹੜਤਾਲ ਦੇ ਉੱਤੇ ਬੈਠੇ ਆ, ਸਿਰਫ ਇਹ ਮੈਸੇਜ ਤੇ ਸਿਹਾ ਦੇਣ ਲਈ ਕਿ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਕਹਾਉਣ ਵਾਲੇ ਹੋ, ਇਹਨਾਂ ਦੀਆਂ ਮਜਲੂਮਾਂ ਦੀਆਂ ਲਾਸ਼ਾਂ ਦੇ ਉੱਤੇ ਸੌਦੇ ਨਾ ਕਰੋ ਤੇ ਤੁਸੀਂ ਮਾਫੀ ਮੰਗੋ। ਤੇ ਜਗਦੀਸ਼ ਟਾਈਟਰ ਦਾ ਕੇਸ ਜਿਹੜਾ ਕਿ ਜਿਹਦੇ ਉੱਤੇ ਹੁਣ ਸ਼ਿਕੰਜਾ ਕਸਿਆ ਜਾ ਰਿਹਾ, ਜਿਹੜਾ ਇੱਕ ਗਵਾਹ CBI ਕਹਿ ਰਹੀ ਆ ਕਿ ਗਵਾਹ ਮਿਲਦਾ ਨਹੀਂ, ਅਸੀਂ ਉਹਦਾ ਨੰਬਰ ਦਿੱਤਾ, ਕਹਿੰਦੇ ਨੰਬਰ ਗਲਤ ਆ, ਤਾਂ ਮੀਡੀਆ ਨੇ ਉਸ ਗਵਾਹ ਨੂੰ ਕੰਟੈਕਟ ਕਰਕੇ ਮੀਡੀਆ ਨੇ ਕਹਿ ਦਿੱਤਾ ਉਹਦਾ ਆਹ ਗਵਾਹ ਉੱਥੇ ਮੌਜੂਦ ਆ ਕੈਲਗਰੀ 'ਚ, ਤੇ ਉਹਦਾ ਨੰਬਰ ਜਿਹੜਾ ਅਸੀਂ ਦਿੱਤਾ ਸੀ ਕੋਰਟ ਵਿੱਚ CBI ਨੂੰ, ਉਹ ਨੰਬਰ ਵੀ ਠੀਕ ਆ, ਉਸੇ ਫੋਨ ਨੰਬਰ ਤੇ ਮੀਡੀਆ ਨੇ ਉਹਨਾਂ ਕੰਟੈਕਟ ਕੀਤਾ। ਹੁਣ ਜਦੋਂ ਉਹਦਾ ਸ਼ਿਕੰਜਾ ਕਸਿਆ ਜਾ ਰਿਹਾ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਵਰਗੇ ਉਹਦੇ ਦੋਸਤਾਂ ਨੂੰ ਉਹਦੇ 'ਤੇ ਤਕਲੀਫ ਹੋ ਗਈ ਆ, ਤੇ ਇਸ ਕਰਕੇ ਇਹ ਹੁਣ ਉਹਨਾਂ ਨੂੰ ਕਲੀਨ ਚਿੱਟ ਇਹਨਾਂ ਨੇ ਦੇਣੀ ਸ਼ੁਰੂ ਕਰ ਦਿੱਤੀ ਆ। ਹੁਣ ਆਪਾਂ ਅਜੇ ਥੋੜ੍ਹਾ ਮੀਡੀਆ ਦੇ ਵਾਸਤੇ, ਕਿਉਂਕਿ ਮੀਡੀਆ ਨੇ ਜਾਣਾ, ਬਾਕੀ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ, ਤੁਹਾਨੂੰ ਇਹਦੇ ਬਾਰੇ ਡਿਟੇਲ ਸਾਰੀ ਇਹ ਅੱਗੇ ਦੇਵਾਂਗੇ। ਹੁਣ ਜੇ ਤੁਸੀਂ ਬੈਠਦੇ ਹੋ